ஸ்ரீ குரு ஸ்ரீ ஹர்கோவிந்த் ஹரிராய ஹர கிருஷ்ண குரு தேக பகதூர் சந்த் தசரே கோவிந்த் சிங் குரு ਸ੍ਰੀ ਅਖੰਡ ਪਾਠ ਸਾਹਿਬ ਹੋਵੇ
कथा कीर्तन के प्रवाह करे नंदमान। श्री गुरु ग्रंथ साहिब जी का पहला प्रकाश आ रहा है, उन्होंने समर्पित विचार अगले दिनों में होंगिया, जैसा कि कल दास ने बेनती की थी अनुसार जो शब्द अपना शुरू किया हो मिलावट राग का मिलावट महला पंजा। श्री गुरु अर्जन देव जी महाराज जी रसना तो गुरसिखा के कुछ गरीब नवाज साधुओं के बीच जो संगत की जाती है उस साधुओं की संगत करने का की फल है की लाभ है। शहनशाह ने बाणी उच्चारण करदे होया कहा बड़िया महान बख्शां प्राप्त हो जांदियां जे सवाल कीते महिमा साधु संग की सुनो मेरे पीत हे मेरे पितरो चेतन की अनसुण करके मित्र गया जे कोई ना पितर की विचारो सिखा सारे दे अंदर चेतन की अंश है वह अंश इको जी होण करके महाराज साहब ने अपने मित्र के उस ब्रह्म जी अंश नूं मित्र किया महिमा साधु संग की सुनो मेरे पीत इहदे विच हुण बाहज अर्थ है पहला बाहज अर्थ दे विच महापुरखां दी वडियाई दीआं साखियां बड़ियां लग सकदियां कुछ सुणियां होर सुण शब्द दे अर्थ पूरे कर दे ਤਾਂ ਕਿ ਫਿਰ ਸੰਖੇਪ ਨਾਲ ਪਹਿਲੇ ਅਰਥ ਅੱਜ ਹੋ ਜਾਣ ਤੇ ਅੰਤਰੀ ਅਰਥ ਫਿਰ ਕੱਲ ਨੂੰ ਹੋ ਸਕਦੇ ਦੋ ਵਿਸ਼ੇ ਪੜ ਜਾਣ ਮਹਿਮਾ ਸਾਧੂ ਸੰਕੀ ਸੁਣੋ ਮੇਰੇ ਪਿੱਤਰ ਹੈ ਮੇਰੇ ਮਿੱਤਰ ਕੋ ਸਿੱਖੋ ਸੁਣਨਾ ਕਰੋ ਜਿਵੇਂ ਪਰਮਾਤਮਾ ਬੇਅੰਤ ਹੈ ਗੁਣਾ ਕਰਕੇ ਮਹਾਂਪੁਰਸ਼ ਵੀ ਬੇਅੰਤ ਗੁਣਾ ਜਿਵੇਂ ਰੱਬ ਦੀ ਵਡਿਆਈ ਨੂੰ ਵੇਦ ਨਹੀਂ ਜਾਣ ਸਕਦੇ ਬ੍ਰਹਮਾ ਨਹੀਂ ਜਾਣ ਸਕਦਾ ਮਹਿਮਾ ਨੂੰ ਜਾਣਾ ਕਿ ਨਹੀਂ ਜਾਣ ਸਕਦੇ ਬ੍ਰਹਮਾ ਨੂੰ ਜਾਣਿਆ ਵੇਦ ਅਵਤਾਰ ਨੂੰ ਜਾਣੇ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਬੇਅੰਤ ਹੈ। ਦੂਸਰੇ ਪਾਸੇ ਸਾਧ ਕੀ ਮਹਿਮਾ ਵੇਖਦੇ ਹਨ ਬਰਾਬਰ ਆ ਗਈ ਨਾ ਸਾਧ ਦੀ ਮਹਿਮਾ ਵੀ ਵੇਖਦੀ ਆ ਗੁਣਾਂ ਦੇ ਆਧਾਰ ਤੇ ਗੁਰਬਾਣੀ ਸਾਧ ਕਹਿੰਦੀ ਹੈ ਵਸਤਰਾਂ ਦੇ ਆਧਾਰ ਤੇ ਕਦੀ ਵੀ ਨਹੀਂ ਕਿਹਾ ਸਾਧ ਕੁਛ ਵਸਤਰ ਤਾਂ ਕਿਸੇ ਪਖੰਡੀ ਨਹੀਂ ਹੋ ਸਕਦੇ ਹੁੰਦੇ ਐਸਾ ਹੁੰਦਾ ਗੁਣ ਜਿਸ ਵੇਲੇ ਮਨੁੱਖੀ ਜਾਮੇ ਵਿੱਚ ਰਹਿੰਦਿਆਂ ਰਹਿੰਦਿਆਂ ਰੱਬ ਵਰਗਾ ਸੁਭਾਅ ਹੋ ਜਾਏ ਤਾਂ ਫਿਰ ਰੱਬ ਵਰਗੇ ਗੁਣ ਵੀ ਉਹਦੇ ਵਿੱਚ ਪ੍ਰਵੇਸ਼ ਹੋ ਜਾਂਦੇ। ਰੱਬ ਦੇ ਨਾਲ ਮੇਲ ਹੀ ਤਾਂ ਹੁੰਦਾ ਹੈ ਜੇ ਰੱਬ ਵਰਗਾ ਸੁਭਾਅ ਹੋ ਜਾਏ। ਸੰਸਾਰ ਦਾ ਇੱਕ ਕਰਤਵ ਹੈ ਜੇ ਸੁਭਾਅ ਨਾ ਮਿਲਣ ਤੇ ਉਹ ਬੁੱਧ ਦੀ ਨਹੀਂ ਬਣਦੀ। ਰਿਸ਼ਤੇ ਪੁੱਛਦੇ ਕੀ ਹੋਇਆ ਤੇ ਉਹ ਵੀ ਇਹੀ ਗੱਲ ਕਹਿੰਦਾ ਪੁੱਤ ਵੀ ਕਹਿੰਦੇ ਜੀ ਸਾਡੇ ਵਿਚਾਰ ਨਹੀਂ ਮਿਲਦੇ ਉਸ ਵਿੱਚ ਭਰਾ ਭਰਾ ਦੇ ਵਿਚਾਰ ਨਾਲ ਮਿਲਣ ਅਲੱਗ ਹੋ ਜਾਂਦੇ ਨੇ ਪਤੀ ਪਤਨੀ ਦੇ ਵਿਚਾਰ ਨਾਲ ਮਿਲਣ ਡਿਵੋਰਸ ਹੋ ਜਾਂਦਾ ਨਿਗਦੀ ਨਹੀਂ ਮਿੱਤਰ ਦੀ ਮਿੱਤਰ ਦੇ ਨਾਲ ਨਿਗਦੀ ਨਹੀਂ ਕਿਉਂਕਿ ਵਿਚਾਰ ਮਿਲਦੇ ਨੇ ਵਿਚਾਰ ਮਿਲ ਗਏ ਸਾਰੇ ਰਸਤੇ ਮਿਲਦੇ ਰੱਬ ਦੇ ਨਾਲ ਹਰ ਇੱਕ ਦੀ ਨਹੀਂ ਨਿਭ ਸਕਦੇ ਕਿਉਂਕਿ ਰੱਬ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦਾ ਮਨੁੱਖ ਦੇ ਜਿਹੜੇ ਵਿਚਾਰ ਇਹ ਰੱਬ ਦੇ ਵਿਚਾਰਾਂ ਨਾਲ ਮੇਲ ਨਹੀਂ ਖਾਂਦੇ ਰੱਬ ਦੇ ਸੁਭਾਅ ਨਾਲ ਮਨੁੱਖ ਦਾ ਸੁਭਾਅ ਮਿਲੇ ਤਾਂ ਰੱਬ ਵਰਗੇ ਗੁਣ ਇਹਦੇ ਵਿੱਚ ਆਉਣ ਰੱਬ ਵਰਗੀਆਂ ਬਰਕਤਾਂ ਹੋ ਜਾਂਦੇ ਰਾਮ ਸੰਤ ਮੈਂ ਭੇਦ ਘੱਟ ਨਹੀਂ ਕੋਈ ਭੇਦ ਨਹੀਂ ਰਹੇ ਤਾਂ
ਜਾਂ ਕਾ ਕਹਿਆ ਦਰਗਾਹ ਚਲਾਇਆ, ਜਿਨ੍ਹਾਂ ਦਾ ਹੁਕਮ ਦਰਗਾਹ ਤੇ ਚਲੇਗਾ। ਧਰਮਦਾਸ ਨੇ ਕਹਿ ਦਿੱਤਾ ਵੀ ਛੱਡ ਦੇ, ਛੱਡਣਾ ਪਏਗਾ ਉਹਨੂੰ, ਕਿਉਂਕਿ ਸੰਤ ਦਾ ਬਲਕਿ ਪਰਮਾਤਮਾ ਨੇ ਆਪਣੇ ਨੂੰ ਵੱਡੇ ਅਧਿਕਾਰ ਦੇ ਦਿੱਤੇ, ਕਹਿੰਦੇ ਮੇਰੀ ਬੰਦੀ ਭਗਤ ਛੜਾ ਗਏ, ਵਾਧਾ ਭਗਤ ਨਹੀਂ ਛੁੱਟਿਆ ਪਾਵੇ, ਵੱਡੇ ਅਧਿਕਾਰ ਦੇ ਦਿੱਤੇ ਤੇਰਾ ਉਹਨਾਂ ਨੂੰ। ਸਿਮਰਨ ਕਿੱਡੀ ਬੜੀ ਗੱਲ, ਰੱਬ ਨੂੰ ਕਿੰਨਾ ਪਿਆਰਾ ਵਾ ਜਾਂਦਾ ਸਿਮਰਨ ਕਰਨ ਵਾਲਾ। ਮੇਰੇ ਨਾਮ ਗਾਏ ਤੂੰ ਸੰਤਾਂ ਦਾ, ਸੰਤ ਤੇਰੇ, ਤੂੰ ਸੰਤਾਂ ਦਾ ਮਾਲਕ, ਸੰਤ ਤੇਰੇ ਦਾਸ। ਇਸ ਕਰਕੇ ਜਦੋਂ ਰੱਬ ਵਰਗਾ ਸੁਭਾਅ ਹੋ ਗਿਆ, ਰੱਬ ਦਾ ਮਿਲਾਪ ਹੋ ਗਿਆ, ਟੁੱਕ ਦਾਨ ਕਰਾਰੀ ਜਾਓ ਕਰੋ, ਹਾਜ਼ਰ ਬਜ਼ੁਰਗ ਖੁਦਾਏ ਖੁਦਾ ਹਾਜ਼ਰ ਹੋ ਗਿਆ। ਤੇ ਜਿਸ ਵੇਲੇ ਲੋਹੇ ਨੂੰ ਪੱਠੀ ਵਿੱਚ ਪਾ ਦੇਈਏ, ਤਗਦੇ ਹੋਏ ਕੋਲਿਆਂ ਦੇ ਵਿੱਚ ਰੱਖ ਦੇਈਏ, ਜਿੰਨੇ ਗੁਣ ਅੱਗ ਦੇ ਵਿੱਚ ਉਨੇ ਲੋਹੇ ਦੇ ਵਿੱਚ ਆ ਜਾਂਦੇ, ਜਿੰਨੀ ਦੇਰ ਤੱਕ ਪੱਠ ਵਿੱਚ ਰਹੇਗਾ ਉਨੀ ਦੇਰ ਤੱਕ ਅੱਗ ਵਰਗੇ ਗੁਣ ਲੋਹੇ ਦੇ ਵਿੱਚ ਵੀ ਰਹਿਣਗੇ। ਜਦੋਂ ਅੱਗ ਤੋਂ ਬਾਹਰ ਕੱਢ ਲਓ, ਠੰਡਾ ਹੁੰਦਾ ਹੁੰਦਾ ਮੁੜ ਕੇ ਉਹਦੇ ਵਿੱਚ ਆਪਣੇ ਭਗਵਾਨ ਆ ਜਾਣਗੇ। ਆਮ ਮਨੁੱਖਾਂ ਦੀ ਤਾਂ ਇਹ ਬਾਤ ਹੈ, ਜਿੰਨੀ ਦੇਰ ਤੱਕ ਸੰਗਤ ਨੂੰ ਭੱਠੀ ਦੇ ਵਿੱਚ ਇਹ ਲੋਹੇ ਰੂਪੀ ਮਨ ਦੇ ਟੁਕੜੇ ਨੂੰ ਦੇ ਕੇ ਰੱਖੋ, ਉਨੀ ਦੇਰ ਤੱਕ ਗੁਰਬਾਣੀ ਤੇ ਗੁਰ ਪ੍ਰਵੇਸ਼ ਕਰ ਜਾਂਦੇ ਹਨ, ਪਰ ਬਾਹਰ ਜਾ ਕੇ ਲੋਹਾ ਠੰਡਾ ਹੋ ਜਾਂਦਾ ਹੈ। ਉਹੀ ਆਪਣਾ ਸਾਧੂ ਦਾ ਤੇ ਆਮ ਮਨੁੱਖ ਦਾ ਇਹੀ ਫਰਕ ਹੈ ਤੇ ਉਹਨਾਂ ਦਾ ਸੁਭਾਅ ਹੋਇਆ ਜਾਂ ਹਰ ਵੇਲੇ ਰਹਿੰਦਾ ਹੈ, ਜਿਹਾ ਸਾਡਾ ਕੀ ਗੁਰੂ ਸਿੰਘ ਇਹਦੇ ਬੜੇ ਪ੍ਰਸ਼ਨ। ਇਸ ਕਰਕੇ ਬਾਬਾ ਆਨੰਦ ਸਿੰਘ ਜੀ, ਮਹਾਂਪੁਰਸ਼ਾਂ ਦੀਆਂ ਸੰਤ ਬਾਬਾ ਈਸ਼ਵਰ ਸਿੰਘ ਜੀ ਔਰ ਖੁੱਲ੍ਹੇ ਗਰਾਊਂਡ ਦੇ ਵਿੱਚ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਦੀ ਤੇ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ਾਂ ਦੀ ਯਾਦ ਹਰ ਸਵਾਲ ਤੇ ਹੁਣ ਇਹ ਦੋ ਸਵਾਲ ਸਾਡੇ ਸਿੱਖ ਜਗਤ ਦੇ ਵਿੱਚ ਜਿਹੜੇ ਮੈਂ ਆਪਣੇ ਅੱਖਾਂ ਨਾਲ ਵੇਖਦਾ ਤੇ ਮੈਂ ਇੰਡੀਆ ਜਾ ਕੇ ਵੀ ਇਹਦਾ ਜਸ ਕਰਦਾ, ਉੱਥੇ ਪ੍ਰਬੰਧਕ ਨਹੀਂ ਸੁਣਦੇ ਹੁੰਦੇ। ਮੈਂ ਕਹਿੰਦਾ ਵੀ ਇੰਗਲੈਂਡ ਦੇ ਵਿੱਚ ਰੈਸ ਲਿਪ ਦੇ ਵਿੱਚ ਵੱਡਾ ਸਮਾਗਮ ਸੰਤ ਬਾਬਾ ਈਸ਼ਵਰ ਸਿੰਘ ਜੀ ਦੀ ਯਾਦ ਵਿੱਚ ਔਰ ਦਮਦਮੀ ਟਕਸਾਲ ਵੱਲੋਂ ਸੰਤ ਬਾਬਾ ਕਰਤਾਰ ਸਿੰਘ ਜੀ ਦੀ ਯਾਦ ਵਿੱਚ, ਸੰਤ ਗਿਆਨੀ ਗੁਰਬਚਨ ਸਿੰਘ ਜੀ ਯਾਦ ਵਿੱਚ, ਇਹ ਵੱਡੇ ਸਮਾਗਮ ਜਿਹੜੇ ਪੂਰੀ ਦੁਨੀਆਂ ਦੇ ਵਿੱਚ ਇਹਦੀ ਗੱਲ ਯਾਦ ਦੀ ਹੈ। ਇਹ ਬਰਸੀਆਂ ਦੇ ਸਮਾਗਮ ਇਹਨਾਂ ਮਹੀਨਿਆਂ ਦੇ ਵਿੱਚ ਇਸ ਮਹੀਨੇ ਚੱਲਦੇ ਨੇ। ਨਾਨਕ ਸਾਹਿਬ ਕਲੀਲਾ ਦੇ ਅੰਦਰ ਮਹਾਂਪੁਰਖਾਂ ਦੀ ਯਾਦ ਬਹੁਤ ਵੱਡੇ ਪੱਧਰ ਤੇ ਪੂਰੇ ਸੰਸਾਰ ਦੇ ਵਿੱਚ ਦੇਖੀ ਜਾ ਰਹੀ। ਤੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੁਣਨਾ ਕਰੋ ਮਿੱਤਰੋ ਕੀ ਮਿਲਦਾ ਹੈ, ਕਹਿੰਦੇ ਪਿੰਗਲ ਪਰਬਤ ਪਾਰ ਕਰੇ, ਕਿਉਂਕਿ ਨੌਕਰੇ ਮਿਲਦੇ ਪਿੰਗਲ ਪਰਬਤ ਪਾਰ ਕਰੇ, ਜਿਹੜਾ ਪਿੰਗਲਾ ਪੈਰ ਨਹੀਂ ਹਨ ਜਿਸ ਕੋਲ, ਇੱਕ ਕਦਮ ਨਹੀਂ ਚੱਲ ਸਕਦਾ, ਉਹਨੂੰ ਪੈਰ ਮਿਲ ਜਾਣੇ ਪਰਬਤਾਂ ਨੂੰ ਪਾਰ ਕਰ ਜਾਏ। ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਦੇ ਅੰਦਰ ਨਿਵਾਸ ਰੱਖ ਰਹੇ ਸੀ ਤੇ ਇਲਜ਼ਾਮ ਦੇ ਇੱਕ ਨੇੜੇ ਨਗਰ ਤੋਂ ਇੱਕ ਪ੍ਰੇਮੀ ਗੁਰੂ ਅਮਰਦਾਸ ਦੇ ਲੰਗਰ ਵਿੱਚ ਦਹੀਂ ਲੈ ਕੇ ਆਇਆ ਕਰਦਾ ਸੀ। ਸੁਣਿਆ ਫਿਰ ਗੁਰੂ ਦੇ ਇਹਦਾ ਦਿਲ ਸੀ ਔਰ ਗੁਰੂ ਨੂੰ ਇੰਨਾ ਪ੍ਰਵਾਨ ਹੋ ਗਿਆ ਕਿ ਇਹਦੇ ਦਹੀਂ ਦੇ ਨਾਲ ਹੀ ਮਹਾਰਾਜ ਸਾਹਿਬ ਜੀ ਲੰਗਰ ਵਿੱਚ ਬਹਿ ਕੇ ਉਹ ਸਿੱਖ ਦੇ ਦਹੀਂ ਦੇ ਨਾਲ ਖਵਾ ਸਕੇ, ਦਹੀਂ ਛੱਡ ਕੇ ਸੁਣਦਾ। ਇਸ ਸਿੱਖ ਦੇ ਚਲੋ ਟਿਕਲਾ ਤਾਂ ਉਹ ਹੁੰਦਾ ਜਿਹਦੇ ਦੋਨੇ ਲੱਤਾਂ ਨਾ ਹੋਣ, ਇਹ ਲੰਗੜਾ ਸੀ, ਇੱਕ ਲੱਤ ਨਹੀਂ ਸੀ, ਗੋਡੇ ਤੋਂ ਹੇਠਾਂ ਲੱਤ ਨਹੀਂ ਸੀ, ਗੋਡੇ ਤੋਂ ਉੱਤੇ
ਉਹ ਜਿਹੜਾ ਪੱਟ ਸੀ ਉਹਨੂੰ ਇੱਕ ਥੋੜੀ ਦਾ ਸਹਾਰਾ ਦੇ ਕੇ ਇਹ ਕਦਮ ਪੁੱਟ ਸਕਦਾ ਸੀ, ਉਹ ਤੋਂ ਮੈਨੂੰ ਕਦਮ ਨਹੀਂ ਸੀ ਪੁੱਟ ਸਕਦਾ। ਇੱਕ ਥੋੜੀ ਉਸ ਤਰ੍ਹਾਂ ਬਣਾਈ ਸੀ, ਉਹਦੇ ਉੱਤੇ ਆਪਣਾ ਪੱਟ ਰੱਖਿਆ, ਫਿਰ ਉਹਦੇ ਨਾਲ ਕਦਮ ਪੁੱਟਦਾ ਸੀ। ਇੱਕ ਹੱਥ ਵਿੱਚ ਦੇਣੀ ਹੈ, ਦੇਖੋ ਕਿੱਡੀ ਔਖੀ ਗੱਲ ਹੈ। ਕਈ ਮੀਂਹ ਜਾਣਿਆ ਰੋਜ਼ ਗੁਰੂ ਨੂੰ ਲੰਗਰ ਲੈ ਕੇ ਦਿਨਾਂ ਨਾਲ ਜਾਂਦਾ ਸੀ, ਮੀਂਹ ਪਵੇ ਤਾਂ ਵੀ ਜਾਂਦਾ ਸੀ, ਨੇਰੀ ਆਵੇ ਤਾਂ ਵੀ ਜਾਂਦਾ ਸੀ, ਘਰ ਦੇ ਵਿੱਚ ਕੋਈ ਦੁੱਖ ਸੁੱਖ ਹੋ ਗਿਆ ਤਾਂ ਵੀ ਜਾਂਦਾ ਸੀ। ਸਿਰਕਲੇ ਪਿੰਡ ਬਾਬਤ ਲੰਮਾ ਸਮਾਂ ਇਹਦੀ ਸਿੱਖ ਦੀ ਸਿੱਖੀ ਡਿੱਗੀ। ਬੱਚਾ ਪੜ੍ਹਦਾ ਜਾਂਦਾ, ਫਿਰ ਪੜ੍ਹਦਿਆਂ ਪੜ੍ਹਦਿਆਂ ਭਾਈ ਦਿਨ ਉਹ ਵੀ ਆ ਜਾਂਦੇ ਜਿਹਨਾਂ ਨੂੰ ਇਮਤਿਹਾਨ ਕਹਿੰਦੇ ਆ, ਪ੍ਰੀਖਿਆ ਹੁੰਦੀ ਹੈ। ਕੀ ਪੜ੍ਹਿਆ? ਗੁਰੂ ਸਾਹਿਬ ਵੀ ਆਪਣੇ ਸਿੱਖ ਦੀ ਪ੍ਰੀਖਿਆ ਲੈਂਦਾ, ਸਾਲ ਤੋਂ ਉੱਧਰ ਤੱਕ ਕਸਵੱਟੀ ਕਬੀਰ ਕਸੌਟੀ ਰਾਮ ਕੀ ਝੂਠਾ ਟਿਕਣ ਨੂੰ ਕੋਈ, ਉਹ ਨਹੀਂ ਟਿਕ ਸਕਦਾ। ਰਾਮ ਕਸੌਟੀ ਸੋਸੇ ਜੋ ਮਰਜੀ ਹੋ। ਅਤਿਮ ਚੇਤ ਕੀ ਘਟਨਾ ਵਾਪਰੀ? ਪਿੰਡ ਦਾ ਚੌਧਰੀ ਬਾਹਰ ਦਾਖਲ ਕਰਦਾ ਹੋਇਆ ਰਸਤੇ ਚ ਮਿਲ ਗਿਆ, ਬੜਿਆ ਨਿਰਾਦਰ ਭਰਿਆ ਸ਼ਬਦ ਸਿੱਖ ਨੂੰ ਬੋਲਿਆ, ਓਏ ਲੰਗੜਿਆ, ਉਹ ਲੰਗੜੇ ਸਿੱਖਾ, ਰੁੱਖ ਫਿੱਕਾ ਬੋਲ ਵਿਗੋਚਣਾ ਸੁਣ ਮੂਰਖ ਮਨ। ਦਸ ਪ੍ਰਕਾਰ ਦੇ ਪਾਪਾਂ ਦੇ ਵਿੱਚ ਇੱਕ ਪਾਪ ਸ਼ਾਮਿਲ ਕੀਤਾ ਹੋਇਆ ਗੁਰੂ ਸਾਹਿਬ ਨੇ, ਅਸੰਖ ਪਾਪੀ ਪਾਪ ਕਰ ਜਾਏ। ਦਸ ਕਿਸਮ ਦੇ ਪਾਪ ਜਿਹੜੇ ਚਾਰ ਪਾਪ ਬੋਲਣ ਤੋਂ ਲੱਗਦੇ ਉਹਨਾਂ ਦੇ ਵਿੱਚ ਇਹ ਸ਼ਾਮਿਲ ਹੈ ਕਿ ਕਿਸੇ ਨੂੰ ਰੁੱਖਾ ਬੋਲ। ਮਿੱਠਾ ਬੋਲਣ ਦੇਵ ਚਰਨ ਹੱਥੋਂ ਦੇ ਕੇ ਕਰਕੇ ਗੁਰਮਤ ਦੇ ਵਿੱਚ ਇਹ ਗੁਰਸਿੱਖ ਨੇ ਮਿੱਠਾ ਬੋਲਣ ਰੁੱਖਾ ਬੋਲਿਆ। ਪਰ ਅੰਗਰੇਜ਼ ਸੁੱਖਾ ਕਿਧਰ ਮੂੰਹ ਚੱਕਿਆ, ਤਰਗੇ ਤਰਗੇ ਕਿੱਧਰ ਨੂੰ ਨੱਠਿਆ ਜਾਂਦਾ ਹੈ, ਭਵੀਰੀਓ ਬਣਿਆ ਜਾ ਰਿਹਾ, ਪਤਾ ਨੀ ਕੀ ਕੀ ਗੱਲਾਂ ਹੋ ਗਈਆਂ। ਅੱਗੋਂ ਭਾਂਡੇ ਦੀ ਆਵਾਜ਼ ਅਲੱਗ ਲੱਗ ਰਿਹਾ, ਭਰਿਆ ਹੋਇਆ ਭਾਂਡਾ ਠੋਲਾ ਮਾਰੇ ਤੇ ਪਤਾ ਲੱਗਦਾ ਵੀ ਸਾਰੇ ਨਿਕਲਿਆ, ਅੱਧਾ ਖਾਲੀ ਹੋਵੇ ਉਹਦਾ ਪਤਾ ਲੱਗਦਾ ਵੀ ਅੱਧਾ ਕੁ ਹੈ, ਕੁਛ ਇਹਦੇ ਚ ਛਲਕਦਾ ਹੈ, ਇਹਦਾ ਮਤਲਬ ਕੁਛ ਪਾਣੀ ਵੀ ਹੈਗਾ ਤੇ ਛਲਕਣ ਦਾ ਪੌਗਣ ਵੀ ਹੈ ਕਿ ਉਹ ਖਾਲੀ ਵੀ ਹੈ। ਹੋਵੇ ਜਮਾਂ ਹੀ ਖਾਲੀ ਹੋਵੇ ਫਿਰ ਤਾਂ ਉਹ ਪਤਾ ਲੱਗ ਜਾਂਦਾ, ਜੇ ਖਾਲੀ ਵੀ ਹੋਵੇ ਤੇ ਤਰੇੜ ਆਈ ਵੀ ਹੋਵੇ ਤਾਂ ਵੀ ਪਤਾ ਲੱਗ ਜਾਂਦਾ ਵੀ ਫੁੱਟਿਆ ਪਿਆ ਹੈਗਾ ਨਾਲ, ਕੱਲਾ ਖਾਲੀ ਹੋ ਨਹੀਂ ਹੈ। ਇਹ ਸਭ ਹਿਰਦਿਆਂ ਦੇ ਭਾਂਡੇ ਇਸੇ ਤਰ੍ਹਾਂ ਵੱਖਰੇ ਵੱਖਰੇ ਨੇ, ਕਿਸੇ ਦੇ ਤਰੇੜ ਆਈ ਵੀ ਹੈ ਦੁਵੈਸ਼ ਦੀ, ਤੇ ਕਿਸੇ ਦੇ ਵਿੱਚ ਕੁਛ ਗੁਣ ਹੈ ਤੇ ਕੁਛ ਪੌਗਣ ਹਨ, ਤੇ ਕਿਸੇ ਦਾ ਭਾਈ ਕੀ ਗੁਰੂ ਪਰਮੇਸ਼ਰ ਉਪਦੇਸ਼ ਦੇ ਕੇ ਨਕੁਨਕ ਭਰ ਦੇਵੇ, ਕਾਂ ਕਬੀਰ ਸ਼ਿਵ ਛੱਟ ਡੋਲਦਾ ਭਰਿਆ ਹੋਇਆ ਸੀ ਉਹ ਬੋਲਣਾ ਬੋਲਦਾ, ਉਹ ਡੋਲਦਾ ਨਹੀਂ। ਡੋਲਣਾ ਤੇ ਬੋਲਣਾ ਅਧੂਰਾਪਣ ਦੀ ਨਿਸ਼ਾਨੀ ਹੈ। ਤੇ ਸਿੱਖ ਸੀ ਚੌਧਰੀ ਜੀ, ਮੈਂ ਗੋਇੰਦਵਾਲ ਸਾਹਿਬ ਜਾਣਾ, ਉਦੇ ਕਰ ਜਾਣਾ ਰੋਜ਼ ਰੁੱਖ ਜਾਣਾ, ਫਿਰ ਰੁੱਖ ਕਹਿੰਦੇ ਜੀ ਮੈਂ ਗੁਰੂ ਸਾਹਿਬ ਨੂੰ ਦਹੀਂ ਲੈ ਕੇ ਜਾਣਾ। ਕਹਿੰਦਾ ਕਿੰਨੇ ਸਾਲ ਹੋ ਗਏ ਤੈਨੂੰ ਦਹੀਂ ਖਲਾਉਂਦੇ, ਕੀ ਦੇ ਦਿੱਤਾ ਤੈਨੂੰ ਗੁਰੂ ਨੇ, ਐਵੇਂ ਮੂੰਹ ਚੁੱਕਿਆ ਤੁਰ ਪੈਂਦਾ ਉਧਰ। ਬੜੇ ਲੋਕ ਸਾਧਾਂ ਦੇ ਮਗਰ ਤੁਰੇ ਫਿਰਦੇ ਆ। ਕਹਿੰਦੇ ਚੌਧਰੀ ਜੀ ਜੇ ਦੇਖ ਕੇ ਮੇਰੀ ਬੇਨਤੀ ਹੈ, ਮੈਨੂੰ ਕਹਿਣਾ ਜੋ ਕਹਿਣਾ, ਕਿਉਂਕਿ ਸਾਡੇ ਪਿੰਡ ਦਾ ਚੌਧਰੀ ਹੈ, ਮੇਰੇ ਗੁਰੂ ਨੂੰ ਨਾ ਕਹਿੰਦੀ ਹੁੰਦਾ। ਅੱਛਾ ਬੜਾ ਪਿਆਰਾ ਗੁਰੂ, ਕੋਲ ਹੋ ਕੇ ਬੋੜੀ ਬੋੜੀ ਹੁਣ ਤੁਰ ਤਾਂ ਸਕਦੇ ਨੀ ਬੋੜੀ ਤੋਂ ਬਿਨਾਂ। ਇਸੇ ਕਹਿੰਦਾ ਚੌਧਰੀ ਜੀ ਸੁਖੀ ਜਾਂਦੀ ਤੁਸੀਂ ਕਦੇ ਵੜਦੇ ਹੋ, ਤੁਹਾਡੀਆਂ ਤਾਂ ਦੱਸਾਂ ਸਾਫ਼ ਕਰਨਾ, ਤੁਹਾਨੂੰ ਤਾਂ ਲੋੜ ਹੀ ਨਹੀਂ ਹੈ, ਨਹੀਂ ਮੈਨੂੰ ਦੇ ਦਿਓ। ਮਜ਼ਾਕ ਕਰੀਏ ਕਰੀਏ ਅਖੀਰ ਦੇ ਵਿੱਚ ਸਿੱਖ ਕਹਿੰਦਾ ਵੀ ਦੇਖ ਚੌਧਰੀ ਸਾਹਿਬ ਬਈ ਹਰ ਚੀਜ਼ ਦੀ ਹੱਦ ਹੁੰਦੀ ਹੈ, ਵੀ ਹੁਣ ਤੂੰ ਮਜ਼ਾਕ ਦੀ ਹੱਦ ਹੈ ਵੀ ਤੂੰ ਹੁਣ ਥੋੜ੍ਹੀ ਦੇ ਦੇ ਮੈਂ ਕਹਿੰਦਾ। ਇੱਕ ਗੱਲ ਸੁਣ ਲਾ ਧਿਆਨ ਨਾਲ, ਜਿਹੜੇ ਗੁਰੂ ਨੂੰ ਇੰਨੇ ਸਾਲ ਹੋ ਗਏ ਦਹੀਂ ਖਵਾਉਂਦੇ ਆ ਤੇ ਇਹਨੂੰ ਲੱਤ ਤਾਂ ਦੇ ਨਹੀਂ ਸਕਿਆ, ਕੀ ਦੋਗੇ ਇਹਨੂੰ ਹੋਰ? ਮਿਹਣਾ ਮਾਰਿਆ। ਪਰ ਸਿੱਖ ਹਿਰਦੇ ਦੇ ਅੰਦਰ ਵਾਹਿਗੁਰੂ ਦਾ ਮੰਤਰ ਦਾ ਜਾਪ ਚੱਲਦਾ ਸੀ, ਉਹ ਫਿਰ ਕੰਨੀ ਗੁੰਜੇ ਦੇ ਰਹਾਂ ਕੇਤੀ ਕੋ ਗਿਆ ਕੌਣ ਹਾਲਾ, ਤੇਰੇ ਕੋਲ ਵੀ ਕੋਈ ਫਰਕ ਨਹੀਂ ਪਿਆ, ਤੈਸਾ ਹਰ ਤੈਸਾ ਸੋ ਵਾਹਿਗੁਰੂ ਵਾਹਿਗੁਰੂ ਕਹਿਣਾ। ਪਰ ਇਹਨੂੰ ਫਿਰ ਭਜਣਾ ਪਿਆ ਥੋੜਾ ਜਿਹਾ, ਕਿਉਂਕਿ ਲੇਟ ਹੋ ਗਿਆ ਨਾ, ਕਿੰਨਾ ਭਜਨ ਇਕਲਤਾ ਇਹ
सरस्वती जी ने मां अपने पुत्र करूंगा सलाह तक ली है। कहते गुरु अमरदास खड़े हो के देख भी मेरा सिख नहीं आया, गुरु देख रहे हैं सिख का राह आ गया सिख। महाराज कहते सिखा वो लंगर लेट कर दिता मेरा, कहना महाराज बख्श लो, बख्श लो सतगुरु को रखूंगी। महाराज कहते कोई बात नहीं। अच्छा दस भी की कारण हो गया, लेट क्यों हो गया, तू अगे तो कदे हो रहा तेन। कहना महाराज चौधरी मिल गया साढ़े पिंड का, बस ने गली पे गया वे ना, वो गल करते करते मैं लेट हो गया। कह के नहीं दिता भी चौधरी ने मैनू आ कुछ पिया, थानू आ पिया हुंदा मेरे मरगा से कहना पुल ना बन दिंदा। इन्ना कोई चौधरी ने कहा नहीं हुंदा जिन्ना असीं पुल बन के दसदे, क्योंकि दाल कितने मसाले वाले बनती है, जिन्हों मसाले वाली दाल बनने का स्वाद हो जाए, स्वाद गल्ला उन्होंने लगती है पूरा मसाला ला ला के दसिया हुंदा। निंदिया के मसाले कदा नहीं हुंदी, झूठ का मसाला लगता है। महाराज ने कहा भी सिख गुणा च पूरा हो गया, ते मेरी सिख्या असर कर गई पूरा, भी यह बुरा नहीं कहना चाहता, पर मैं हम छड़ना इन नंगा करके छड़ना। महाराज कहते तू अगे तो कदे गल नहीं पिया नहीं है। अच्छा की कहता सी चौधरी हूं झूठ बोलना भी धर्म सिख, कहता महाराज उ बस हासा मकाल जगह बना गया मेरे नाल, तुम दही छक लो। महाराज कहते मैं नहीं अपने छकना दे दस चौधरी ठीक। कहता हो महाराज कहते हादसे च भी तो कुछ कहता हो, मजबूर करता से कहना पे महाराज बे देखो चौधरी साढ़े पिंड का ना दिल का तो माड़ा नहीं है महाराज। वो कई बार ना मजाक करता सुभा मैनू एक लंगड़ा सिख कहते कहते होर भी कहता सी कुछ। कहता महाराज फिर तुम्हें पता ही है भी की कहते मेरे गर्म चीजें ने, जब थोनों पता ही है फिर तुम महाराज मेनू क्यों पूछते हो। कहते इस करके भी संगत को पता लग पे तेरी जबान द्वारा सारा कम अंतर जानता ना निकली का होंगे, दस की कहता सी। कहना महाराज ऐ कहना सी भी जेडे गुरु ने दही खवाने तेरे नत्त दत्ती नहीं उन्हें। कहते फिर हूं आए खाने दही रख देते परे बैठा साहब सैन, मैं तेरे पिंड के चौधरी को दसना चाहना भी यह जे निटे मोटे काम तो जेडे इतने गुरु नानक के घर के पीर फकीर ने यह भी कर देते हैं, तू गुरु की गल कर दे, गुरु नानक की गति का अपमान करे हंकारी ने कहते जवाब देना। कहते उसे चले जाओ तेरी लत साबित हो जूगी, उसे जाके वो दे दूंगा तेन लत गुरु की समर्था दे। तो फिर होली ना जाता है अलग ही है उसे साहब साहब जी मैंने देखे तुम भी देखी होगी बंदगी बहुत करता है कला रहता है रुखा बहुत, मतलब वह मतलब भी मेरे नेड़े ना लगे हुए जड़ी गुण लागे नहीं बैठे भी मखी आ जाना तो थोड़ा जा रखता हिसाब किताब कई साधन का होंगे सुभाव। बाबा नंद सिंह जी बहुत घोड़े रखते इस गल सीधा आएंगे सीधे उन्हें मारिया दबकया और किधर मूह चुकया तू। कहते जी मैंने गुरु अमरदास ने भेजा, अच्छा अच्छा आ जा भेज दिया फिर आ जा। हां गुरु साहब का की हुक्म है? कहने जी थोड़ा जा इस तरह हो गया दोबारा दिन लग गया सर उसे। कहता एवं कहानियां जी ने सुना भी गल की है। कहते जी मैनू तो मैं थोड़े को आया लत लाने वास्ते, कहते रिश्ता लाने का अस्पताल खोलिया है मेरे को, फ्राई करे सिरदा दर्द टाण नहीं करा मुड़का सारा सोटा पिया। कहता लिया तेरी दूजी भी तोड़ दा। उन्हें कहा मैं आया तो लत लाने मेरी तो दूजी भी तोड़ लगे है। महाराज ने भेजे थे लत लाने जब जोर दी लगे ना मार को जान तो साहब के रूपये आई है भाई एक लत लाने मारी छलांग सोटा नहीं लगन दता धरती से लग्या उन्हें भी जान के मारिया से एडा मारिया मुड़िया उन्हें भी नहीं इन्नी तेजी भजया ना जब देखा घटो घट पंजाह खाजे नठ के लग गया। कहना कहना मैं किड्डा मूर्ख है वो लत्तां मेरिया तो हिसाब हो गया बॉडी उत्थे रह गई डरदे महाराज जी ते मैं उस संत तो डरदा जा रहा जिन्हें लत दे दी उत्थी फिर पिछे मुड़ गया। वो कहते हुण किहदे मारिया
ਕਹਿੰਦਾ ਜੀ ਧੰਨਵਾਦ ਕਰਨ ਵਾਲਿਆ ਮੇਰੀ ਲੱਤ ਸਾਬਤ ਕਰਦੀ ਤੁਸੀਂ। ਕਹਿੰਦਾ ਪਹਿਲਾਂ ਤਾਂ ਨਾਗੀ ਨਗਰੀ ਗੱਲ ਕਰੀ ਸੀ ਜਿਹੜਾ ਤੈਨੂੰ ਕਿਹਾ, ਹੁਣ ਕਹਿੰਦਾ ਡਾਂਗਾ ਮਾਰ ਕੇ ਤੋਨੇ ਨੂੰ ਡੂਬ ਦੇ ਗਿਆ। ਜਿਹਨੇ ਲੱਤ ਦਿੱਤੀ ਆ ਉਹਦਾ ਧੰਨਵਾਦ ਕਰ, ਮੇਰਾ ਕਦ ਕਰਦਾ। ਕਹਿੰਦੇ ਜੀ ਕਿਹਨੇ ਦਿੱਤੀ ਆ? ਕਹਿੰਦੇ ਗੁਰੂ ਅਮਰਦਾਸ ਨੇ। ਕਹਿੰਦਾ ਮੇਰੀ ਨੀ ਸਮਝ ਆਉਂਦੀ। ਗੁਰੂ ਅਮਰਦਾਸ ਕਹਿੰਦੇ ਤੂੰ ਦੇਂਗਾ? ਉਹ ਕਹਿੰਦਾ ਨਹੀਂ ਨਹੀਂ ਇਹ ਗੁਰੂ ਐਵੇਂ ਸਿੱਖ ਦੇ ਚੁੰਮੇ ਲਾਉਂਦਾ ਵੀ ਸਿੱਖ ਦੀ ਵਡਿਆਈ ਹੋਵੇ, ਇਹਨਾਂ ਕਿਸੇ ਨੂੰ ਕਹਿੰਦੀ ਵੀ ਸੌ ਸਾਹਿਬ ਨੇ ਦਿੱਤੀ ਹੈ ਜਾ ਕੇ ਇਹ ਨਹੀਂ ਕਹਿੰਦੀ ਇਹ ਗੁਰੂ ਅਮਰਦਾਸ ਨੇ ਦਿੱਤੀ ਲੱਤ ਸਾਹਿਬ। ਮਹਾਰਾਜ ਕਹਿੰਦੇ ਭਾਂਡਾ ਲੈ ਜਾ ਆਪਣਾ ਜਿਹੜੇ ਮਰੀ ਸੀ ਗਿਆ ਲੱਤਾਂ ਸਾਹਿਬ ਤੇ ਥੋੜੀ ਕਰੇਗੀ ਉੱਚੀ ਗੋਲਬਾਲ ਤੁਰਿਆ ਜਾਂਦਾ ਕੁੜੀ ਚੌਧਰੀ ਜੀ ਬਣ ਗਏ। ਕਹਿੰਦਾ ਉਹ ਤੂੰ ਉਹੀ ਹੈ? ਕਹਿੰਦਾ ਹਾਂਜੀ ਉਹੀ। ਲੱਤ ਕਹਿੰਦੇ ਜੀ ਤੁਹਾਡਾ ਧੰਨਵਾਦ ਹੈ ਜੇ ਤੁਸੀਂ ਇਹ ਕਰਨਾ। ਕਹਿੰਦੇ ਮੈਨੂੰ ਤਾਂ ਲੱਤ ਜਾ ਕੇ ਮਿਲਦੀ ਸੀ ਮਿਲਣੀ, ਮੈਂ ਤਾਂ ਤੁਹਾਡੇ ਘਰ ਜਾਣਾ ਸੀ, ਧੰਨਵਾਦ ਕਰ ਤੁਸੀਂ ਮੈਨੂੰ ਬਾਹਰ ਹੀ ਮਿਲ ਗਏ। ਉਹ ਕਹਿੰਦਾ ਹੈ ਇਹ ਐਕਟ ਵੀ ਹੋ ਸਕਦਾ? ਕਹਿੰਦੇ ਜੀ ਅਸੀਂ ਹੋ ਸਕਦੇ ਸਭ ਨੇ। ਚੌਧਰੀ ਕਹਿੰਦਾ ਸਿੱਖਾ ਹੁਣ ਕੱਲ ਨੂੰ ਮੈਨੂੰ ਨਾਲ ਲੈ ਜਾ, ਮੈਨੂੰ ਪਛਤਾਵਾ ਹੋ ਗਿਆ ਜਿਹੜੀਆਂ ਬਿਮਾਰੀਆਂ ਗੱਲਾਂ ਗੁਰੂ ਨੂੰ ਪਈਆਂ, ਤੇਰੀ ਤਾਂ ਚਲੋ ਕੋਈ ਗੱਲ ਨਹੀਂ ਮੇਰੇ ਪਿੰਡ ਦਾ ਸੀ ਤੂੰ, ਪਰ ਤੂੰ ਵੀ ਮੈਨੂੰ ਮਾਫ ਕਰਕੇ ਗੁਰੂ ਤੂੰ ਮਾਫ ਕਰਾ ਦੇ। ਅਗਲੇ ਦਿਨ ਫਿਰ ਹੋਰ ਵੀ ਕਈ ਇਕੱਠੇ ਹੋ ਕੇ ਗਏ, ਜਦੋਂ ਇਹੀ ਘਟਨਾ ਹੋਵੇ ਲੋਕਾਂ ਦੇ ਅਸਰ ਪੈ ਜਾਂਦਾ। ਮਹਾਰਾਜ ਕੋਲ ਗਏ, ਮਹਾਰਾਜ ਕਹਿੰਦੇ ਚੌਧਰੀ ਜੀ ਜੇ ਰੱਬ ਨੇ ਨਾ ਕੋਈ ਰੁਤਬਾ ਦਿੱਤਾ ਹੋਵੇ, ਕਹਿੰਦੇ ਐਂ ਗਰੀਬਾਂ ਨੂੰ ਤੰਗ ਨਹੀਂ ਕਰੀਦਾ, ਪਰਮਾਤਮਾ ਕੀ ਨਹੀਂ ਕਰ ਸਕਦਾ? ਉਹ ਜਿਹੜਾ ਡੰਗਰਾਂ ਨੂੰ ਚਾਰ ਚਾਰ ਲੱਤਾਂ ਦਿੰਦਾ ਹੈ, ਕਹਿੰਦੇ ਮਨੁੱਖ ਨੂੰ ਦੋ ਲੱਤਾਂ ਦਿੱਤੀਆਂ ਨਾ, ਉਹ ਚਾਹੇ ਦੋਨੋਂ ਲਹਿ ਲਵੇ, ਚਾਹੇ ਦੋਨੋਂ ਦੇ ਦੇਵੇ, ਚਾਹੇ ਇੱਕ ਦੇ ਦੇਵੇ, ਇਹਦੇ ਤਾਂ ਉਹਨੀਆਂ ਖੇਡਣ। ਕਹਿੰਦਾ ਮਾਰੇ ਬੋਲੋ ਪਿੰਗਲ ਪਰਬਤ ਪਾਰ ਪਵੇ ਫਲ ਚੰਦਰ ਕੀਤਾ। ਪਿੰਗਲਾ ਬੰਦਾ ਇਹ ਨਗਲਾ ਸੀ, ਉਹਨੂੰ ਲੱਤਾਂ ਮਿਲ ਸਕਦੀਆਂ, ਪਿੰਗਲੇ ਨੂੰ ਵੀ ਮਿਲ ਸਕਦੀ, ਪਰਬਤਾਂ ਤੋਂ ਪਾਰ ਨਹੀਂ ਸਕਦਾ, ਸਮੁੰਦਰਾਂ ਤੋਂ ਪਾਰ ਨਹੀਂ ਸਕਦੇ। ਖਲ ਖਲ ਨਾ ਮੂਰਖ ਦਾ, ਮੂਰਖ ਬੰਦਾ ਚਾਰ ਵੇਦਾਂ ਦਾ ਭਗਤਾ ਬਣ ਸਕਦਾ ਜਾਂ ਚਤੁਰਵ ਕੀਤਾ, ਦੂਜਾ ਪਾਠ ਹੈ ਸ਼ਬਦਾਂ ਚ, ਉਹਨੂੰ ਚਤੁਰਵ ਕੀਤਾ ਬਣਾ ਦਿੱਤਾ ਚਤੁਰ, ਪਰ ਪਾਠ ਹੋਏ ਨੂੰ ਜਿਹੜਾ ਪਹਿਲੇ ਚਤੁਰਵ ਕੀਤਾ। ਮਹਿਮਾ ਸਾਧੂ ਸਨ ਕੀ ਸੁਣੋ ਮੇਰੇ ਬੇਟਾ, ਮਾਰੇ ਗਏ ਭਾਈ ਸਾਧੂ ਦੀ ਰੱਬ ਵਰਗੀ ਮਹਿਲ ਕੋਈ ਪਾਪਾਂ ਦੀ ਮਹਿਲ ਲਾ ਦਿੰਦੇ। ਸਾਧੂ ਦੇ ਵਿੱਚ ਇਹ ਸਮਰਥਾ ਹੈ ਕਿ ਪਾਪੀ ਤੋਂ ਪਾਪੀ ਦੀ ਮਹਿਲ ਵੀ ਨਾਮ ਦੇ ਜਲ ਨਾਲ ਧੋ ਕੇ ਲਾ ਦਿੰਦੇ ਨੇ, ਤੇ ਕਰੋੜਾਂ ਪਾਪ ਉਹ ਨਾਸ ਕਰ ਦਿੰਦੇ ਨੇ ਆਪਣੀ ਤਪੱਸਿਆ ਦੇ ਕਾਰਨ। ਮੈਲ ਕੋਈ ਕੋਟ ਅਗ ਹਰੇ ਨਿਰਮਲ ਪੇ ਚੀਤਾ, ਚਿੱਤ ਨਿਰਮਲ ਕਰ ਸਕਦੇ ਇਹ ਸਮਰਥ ਕਰਨ ਦੀ। ਇੱਕ ਕੋੜੀ ਸੀ, ਮੱਖੀਆਂ ਪਿੰਡਣ ਕਰਦਿਆਂ ਨੇ ਘਰ ਤੋਂ ਬਾਹਰ ਕੱਢਤਾ, ਕਹਿੰਦੇ ਸਾਡੇ ਘਰ ਦੇ ਵਿੱਚ ਬਦਬੂ ਵਾਲੀ ਦੇਂਦੀ ਹੈ। ਉਹ ਕਹਿੰਦਾ ਰੋਟੀ ਕਿੱਥੇ ਮੈਨੂੰ ਵਾਂਢੀ, ਜਾਂ ਤੁਸੀਂ ਨੇ ਕਦੇ ਵਾਂਢੀ? ਕਹਿੰਦੇ ਨਿਰਮਲ ਕਰ ਦੋ। ਉਹ ਵਿਚਾਰਾ ਬੰਦ ਕੇ ਖਾ ਰਿਹਾ ਰੋਟੀ, ਲੋਕ ਦੂਰ ਦੂਰ ਕਰਿਆ ਕਰਨ, ਮੱਖੀਆਂ ਭਟਕਦੀਆਂ, ਰੋਟੀ ਵਾਸਤੇ ਪਿੰਡੇ ਮੂੰਹ ਤੇ ਕੱਪੜਾ ਲੈ ਲਿਆ ਕਿ ਦੂਰ ਦੇ ਜਿਵੇਂ ਕੁੱਤੇ ਨੂੰ ਸੁੱਟਦਾ ਐਂ ਸੁੱਟ ਦਿੰਦੇ ਆ। ਬਾਹਰ ਚਲਿਆ ਗਿਆ, ਕਹਿੰਦਾ ਵੀਦਰੋਂ ਮਰ ਜਾਣਾ ਚੰਗਾ। ਇੱਕ ਬੰਦਾ ਕੋਈ ਪਰਉਪਕਾਰੀ ਸੀ, ਉਹਨੂੰ ਕਹਿੰਦਾ ਵੀ ਮੈਨੂੰ ਦੱਸ ਸੌਖਾ ਜਿਹਾ ਤਰੀਕਾ ਮਰਨ ਦਾ, ਮੈਂ ਤੁਹਾਨੂੰ ਜਿਉਂਦਾ ਨਹੀਂ ਰਹਿਣਾ, ਮੈਂ ਖੁਦਕੁਸ਼ੀ ਕਰ ਲੈਣੀ। ਉਹ ਕਹਿੰਦਾ ਉਹ ਖੁਦਕੁਸ਼ੀ ਨਹੀਂ ਕਰੀ ਹੁੰਦੀ, ਬਹੁਤ ਮਾੜੀ ਹੁੰਦੀ ਹੈ। ਕਹਿੰਦਾ ਹੁਣ ਕਰਨ ਕੀ? ਕਹਿੰਦਾ ਤੂੰ ਕਬੀਰ ਦੇ ਦੁਆਰੇ ਚਲਿਆ ਜਾ, ਕੋੜ ਹੈ ਜੀ ਬੰਦਾ। ਕਹਿੰਦਾ ਅੱਛਾ, ਉਹ ਦਵਾਈ ਦਿੰਦਾ ਵੈਦ ਹੈ? ਉਹ ਕੌਣ ਹੈ? ਕਹਿੰਦਾ ਵੈਦ ਨਹੀਂ, ਨਾਮ ਦੀ ਦਵਾਈ, ਉਹਦੇ ਕੋਲ ਸਰਵ ਲੋਕ ਔਖ ਦਾ ਨਾਮ ਹੈ। ਚਲੋ ਜੀ, ਕਹਿੰਦਾ ਠੀਕ ਹੈ। ਉਹ ਕਬੀਰ ਸਾਹਿਬ ਜੀ ਕਿਤੇ ਗਏ ਵੀ ਸੀ ਬਾਹਰ, ਸਿੱਧਾ ਚਲਿਆ ਗਿਆ, ਪੁੱਛਦਾ ਪੁਛਾਉਂਦਾ ਕਰਦੇ ਰਹਿ ਗਿਆ। ਕਬੀਰ ਦੇ ਤਾਂ ਕਿਤੇ ਦਰਸ਼ਨ ਕਰੇ ਨਹੀਂ ਸੀ ਵਿਚਾਰੇ, ਪਹਿਲੇ ਦਿਨ ਗਿਆ। ਕਬੀਰ ਦੇ ਘਰੋਂ ਮਾਤਾ ਲੋਈ ਸੀ, ਸਿੱਧਾ ਜਾ ਕੇ ਕਬੀਰ ਸਾਹਿਬ ਦੇ ਬੂਹੇ ਤੇ ਖੜ ਗਿਆ। ਭਗਤ ਜੀ
अंदर तो लोहे दिख रही, हाँ भाई एक बार जीता है नहीं कर गए आजा भेजा पानी देना। ये पूरी देखिए मेन पानी पूछ दे, मेरी तो मां नहीं पूछ दी बनी कर देने मेरे बाहर कड़ता ते जे भाई रोटी खानी है रोटी खा लिया। कहना नहीं माता रोटी तो मैं होर थां भी खा लूंगा, मैं तो किसी होर काम आया से। वो कहते भी कबीर साहब का है नी, जे तू मैनू अपना काम दस दे, जे मेरे करन वाला होया फिर मैं कर दूंगी, नहीं फिर भगत जी आने फिर उन्होंने करा। कहना माता जी थोड़ी नहीं करना, वो कहती दस तो सही तो मैं देखो भी कर सकती कि नहीं। चादर की बुकरमा नहीं सी लाल दी, कहना आ देख सारे पैर के अंगूठे दे लोके सिर तक सिवड़ सिवड़ खून ते पीत चोर है, तू कहती अंदर आ जा। कहती भाई मैनू भगत जी का हुक्म है भी नफरत नहीं करती किसी नाल भी, इस करके ते रोटी देना साडा धर्म है तो रोटी है गरीब बंदे असीं, पर जिहड़ी जी हैगी असीं पस भी अपना पेट पर पशु पस भी अपना पेट पर खावत है जगमान है, वो सफल जन्म है तेनों कद खवाए के खाए। सारी जिंदगी अपने लिए पका दियां अपने लिए खादियां तरकार है कहते असें खाने गुरु साहब नहीं मिलते, गुरसिख है तू और गुरसिखां को देख के पिछे पिछे आ कितने किसी गुरसिख के मूह पा तो गुरु की खुशी प्राप्त होगी। सतगुर प्रीत जब गुरसिख मुख पाए तो असं गुरसिखा पाए प्रसाद सिखाने, ये गुरु साहब का हुक्म है। शादन भोजन जो दिन दे मुख पहुंचावत सिख से मर कि को मेनू पहुंच गया भोजन जो सिख के मुंह च पा। कहने लगा माता मैं तो अपना कोड हटाने वास्ते आया। कहती फिर यह जे छोटे मोटे कमां वास्ते कहू भगत करना है तो मैं ही कर देनी है। हाथ हो गई छोटा मोटा जहा कम कर दी है भाई। कहती बैठ रोटी पाच वाली घर आई कम करनी है, बैठ गई लोई ने बर्तन चुकया नाम जपया हुआ जल से चुकया जाके निरंकार का करया ध्यान, हे मेरे राम मेरी लाज रखी मेरा पति वर्ता धर्म कायम है, जे मैं तेरे ब्रह्म ज्ञानी भगत की अपने पति की सेवा की है तो फिर हम इसका कोल हटना चाहिए। कहते कह राम चटा कहना राम, कहते फिर कह राम राम तीसरी बार कह राम राम जा ते सारा कोल ठीक हो गया। कंचन वर्गी देवी हो गई एदा कदे सुनिया नहीं सी कि एडी छेती भी कोल ठीक हो सकदा। उठिया कहिंदा माता कहिड़ी रस्म नाल धन्नवाद करा, कहिंदी धन्नवाद कर राम दा जिहदे नाम नाल ठीक होया। कहिंदा जी ठीक लग गया उच्चे उच्चे लोको देखो नाम दी महिमा, ओ देखो देखो संतां दी महिमा, आ देखो मेरा कोल हट गया लोक आले वाले वो किवें हटिया किवें हटिया दादा करदा करदा कहदा धन कबीर मूहरे दिया गया कबीर। कबीर साहब कहते कहते की देता कबीर ने तेन, कहना जाके तो देख रेती कड़ा गला मारते कबीर को कहना जाके देख रहा कुछ की होया। कबीर साहब कहते की होया, कहना कबीर तो मिले नहीं। कबीर साहब कहते तू जानते कबीर को, कहना मैं नहीं जानता पर कबीर के घर वाली मिली सी माता दोई की होया। कहना मेरा कोट हटाता किवें हटाया, कहते जी तीन बारी ने, कहते तीन बार हैरान होकर कहते हाँ तीन बार जा चलो जा तू। बाकी ने जिहड़े आले दुआले कहते यही कबीर है, उन्हें चरण फाड़े कहते जी तुसीं कबीर छोटे। कहता हुण तू जा तेरा तो काम सर गया पर साढ़े घर का लड़ाई छेड़ गया तू। कबीर जी आ गए बैठ गए ते हुण दोई जदों आउंदी है वो अपने पति के पैर से मत्था टेकती है ते कबीर ने देखा लोई हो गई है लोई वाले पास फिट कर ली, वो दूजे पास दूजे पास कर ली सजे पास खबे पास नोड हो गए एक पास उन्हें देखा भी ये कम का जो बिगड़ गया जाते। कहते स्वामी तेरी पिठ नालों कंसी का आरे दे विच चीर के मरना मेरे लिए सौखा, करमत भला न करमत
ਦੇਵੀ ਲਾਟ ਵੇਲੇ ਤੈਨੂੰ ਬੇਨਤੀ ਮੇਰੀ ਹਉ ਵਾਰੀ ਮੁੱਖ ਫੇਰ ਪਿਆਰੇ ਕਰਮਟ ਦੇ ਮੁੱਖ ਪਾਵੇ ਕੁਵਾਰੇ ਕਿਉਂ ਮਾਰ ਲੱਗੇ ਕਰਮਟ ਦੇ ਕੇ ਮੈਂ ਤੇਰੀ ਘਰ ਵਾਲੀ ਹਾਂ ਸੇਵਾ ਕਰ ਪਿੱਠ ਵਾਲੇ ਪਾਸੇ ਵੀ ਕਿਉਂ ਨਾ ਕਰਦੀ ਮੈਂ ਉਹਨੇ ਵੀ ਜ਼ਿੰਦਗੀ ਦੀ ਵੀ ਇਹ ਤਾਂ ਮੂੰਹ ਜਦ ਕਰੂਗੇ ਤਾਂ ਆਪ ਕਰਨਾ ਜਾਇਆ ਤੇ ਇਸ ਤਰ੍ਹਾਂ ਦਾ ਫਿਰ ਤੰਗ ਨਹੀਂ ਕਰਨਾ ਪਤੀ ਜੇ ਮੇਰੇ ਘਰੇ ਚਿਹਰਾ ਨਹੀਂ ਮੈਨੂੰ ਕਸੂਰਤਾਂ ਦੱਸਦੇ ਕੀ ਹੋ ਗਿਆ ਕਹਿੰਦਾ ਮੈਨੂੰ ਇਹ ਦੱਸ ਕੋੜੀ ਆਇਆ ਸੀ ਤੇਰੀ ਮਾਂ ਆਇਆ ਸੀ ਕਹਿੰਦੀ ਗੋੜ ਹਟਾਇਆ ਕਹਿੰਦੇ ਹਾਂ ਕਹਿੰਦੇ ਕਿਹਦੇ ਤੇ ਮੈਂ ਪਰੇਸ਼ਾਨ ਹਾਂ ਜਿਹੜਾ ਗੋੜ ਹਟਾਇਆ ਪਰ ਕਹਿੰਦੇ ਰਾਮ ਇੰਨਾ ਸਸਤਾ ਜਿੰਨਾ ਤੈਂ ਲੱਗਦਾ ਕਬੀਰ ਜੀ ਨੇ ਜਿਹੜਾ ਕੁਛ ਕਿਹਾ ਰਾਮ ਪਿਆਰੇ ਹੋਈਏ ਤੈ ਰਾਮ ਸਵਲੜਾ ਲਾਇਆ ਰਾਮ ਪਿਆਰੇ ਹੋਈਏ ਤੈ ਰਾਮ ਸਵਲੜਾ ਲਾਇਆ ਬੋਲੋ ਭਾਈ ਸਾਡੇ ਉਹ ਬੀਬੀਆਂ ਠੀਕ ਬੋਲਦੀਆਂ ਤੁਹਾਨੂੰ ਕੀ ਹੋ ਗਿਆ ਸਾਧੂ ਜੀ ਤੁਸੀਂ ਬੋਲੋ ਫਿਰ ਕਿਉਂ ਕਰਦੀ ਹਾਂ ਤਿੰਨ ਵਾਰੀ ਰਾਮ ਕਹਾ ਕੇ ਘੋੜੀ ਦਾ ਘੋੜ ਹਟਾਇਆ ਤਿੰਨ ਵਾਰੀ ਰਾਮ ਕਹਾ ਕੇ ਘੋੜੀ ਦਾ ਘੋੜ ਹਟਾਇਆ ਰਾਮ ਪਿਆਰੀਏ ਲੋਈਏ ਤੈਂ ਰਾਮ ਸਵਲ ਡਾਲਾਇਆ ਰਾਮ ਪਿਆਰੀ ਲੋਈਏ ਤੈਂ ਰਾਮ ਸਵਲ ਕਬੀਰ ਸਾਹਿਬ ਕਹਿੰਦੇ ਇੰਨਾ ਸਸਤਾ ਤੈਨੂੰ ਰਾਮ ਤੇ ਵਿਸ਼ਵਾਸ ਨਹੀਂ ਰਿਹਾ ਇੱਕ ਵਾਰੀ ਰਾਮ ਕਹਾ ਕੇ ਸੈਂਕੜੇ ਬੰਦਿਆਂ ਦਾ ਘੋੜਾ ਉਡਾਇਆ ਜਾ ਸਕਦਾ ਤੂੰ ਇੱਕ ਦੇ ਉੱਤੇ ਤਿੰਨ ਵਾਰ ਕਰ ਦਿੱਤਾ ਆਹ ਗੁੱਸਾ ਮੈਨੂੰ ਕਹਿੰਦੇ ਜੀ ਦੇ ਤਾਂ ਮੈਂ ਕੋਟ ਦੇ ਬਾਅਦ ਜੇ ਤਿੰਨ ਵਾਰੀ ਕਹਾਇਆ ਫਿਰ ਤਾਂ ਤੁਹਾਡਾ ਗੁੱਸਾ ਜਾਇਦਾ ਪਰ ਮੈਂ ਤਾਂ ਰਾਮ ਇੱਕ ਵਾਰੀ ਕਹਾ ਕੇ ਖੜਾ ਅੱਛਾ ਫਿਰ ਦੋ ਵਾਰੀ ਹੁਣ ਜਿਹੜਾ ਕਹਾਇਆ ਕਹਿੰਦੀ ਮੇਰੀ ਗੱਲ ਸੁਣ ਲਓ ਸਰ ਵੀ ਤੁਸੀਂ ਗੁੱਸਾ ਕਰੋ ਦੂਰ ਰਾਮ ਇੱਕ ਵਾਰੀ ਕਹਾ ਕੇ ਕੋਲ ਹਟਾਇਆ ਮੂੰਹ ਕਰੋ ਮੇਰੇ ਵੱਲ ਮੈਂ ਅਗਲੀ ਗੱਲ ਦੱਸਾਂ ਤੁਹਾਨੂੰ ਕਬੀਰ ਸਾਹਿਬ ਨੇ ਮੂੰਹ ਕਰ ਲਏ ਕਹਿੰਦੇ ਹਾਂ ਦੱਸ ਕਹਿੰਦੇ ਜਿਹੜੇ ਪਾਪ ਕਰਕੇ ਪਿਛਲੇ ਜਨਮ ਚ ਕੋਟ ਹੋਇਆ ਸੀ ਇੱਕ ਵਾਰੀ ਕਹਾ ਕੇ ਉਹ ਪਿਛਲੇ ਜਨਮ ਦਾ ਪਾਪ ਕੱਟਿਆ ਇਹਦਾ ਨਹੀਂ ਤਾਂ ਕੋਲ ਦੁਆਰੇ ਫਿਰ ਹੋ ਜਾਣਾ ਸੀ ਤੁਹਾਡੇ ਦੁਆਰੇ ਤੇ ਆਇਆ ਕਿ ਫਿਰ ਦੁਆਰੇ ਕੋਲ ਹੋਇਆ ਚੰਗਾ ਲੱਗਦਾ ਵੀ ਮੈਂ ਕਬੀਰ ਤੇ ਗਿਆ ਸੀ ਦੁਆਰੇ ਫਿਰ ਹੋ ਗਿਆ ਕਿਉਂਕਿ ਜਦ ਪਾਪ ਪਿਆ ਪਾਪ ਨੇ ਮੁੜ ਕੇ ਫਿਰ ਕੋਲ ਹੀ ਕਰ ਦੇਣਾ ਸੀ ਹੁਣ ਨਹੀਂ ਹੋਊਗਾ ਦੁਆਰੇ ਕਹਿੰਦੇ ਵੀ ਜੋਈ ਤੂੰ ਤਾਂ ਮੇਰੇ ਨਾਲ ਵੀ ਬਾਹਰ ਆ ਗਈ ਇਹ ਵੀ ਸਿਰਫ਼ ਤੀਸਰੀ ਵਾਰ ਕਿਉਂ ਕਹਾਇਆ ਕਹਿੰਦੀ ਸਵਾਮੀ ਮੈਂ ਸੋਚਿਆ ਵੀ ਜਿਹੜਾ ਤੁਹਾਡੇ ਦੁਆਰੇ ਤੇ ਆਇਆ ਨਾ ਵੀ ਹੁਣ ਜੰਮਣ ਮਰਨ ਦੇ ਗੇਟ ਤੋਂ ਵੀ ਖਤਮ ਹੋ ਜਾਵੇ ਕਹਾਣੀ ਇਹਨੂੰ ਕਹਿੰਦੇ ਤੀਸਰੀ ਵਾਰ ਕਹਾ ਕੇ ਮੁਕਤ ਹੀ ਕਰ ਦਿੱਤਾ ਬਸ ਜੰਮਣ ਮਰਨ ਤੋਂ ਇਹ ਕਰ ਮਹਿਮਾ ਸਾਧੂ ਸੰਤ ਕੀ ਸੁਣਾਓ ਮੇਰੇ ਕੀਤਾ ਮੈਂ ਕੋਈ ਕੋਟ ਅਲ ਰਹੇ ਨਿਰਮਲ ਤੇ ਕੀਤਾ ਨਿਰਮਲ ਕਰ ਦਿੱਤਾ ਸ਼ੁੱਧ ਕਰ ਦਿੱਤਾ ਬਰਮ ਐਸੀ ਭਗਤ ਗੋਬਿੰਦ ਗੋਬਿੰਦਾ ਕਰਕੇ ਮੈਂ ਜਾਣੂ ਕਿ ਵਾਹਿਗੁਰੂ ਭਗਤੀ ਉਹਦੀ ਕੀਟ ਹਸਤੀ ਕੀਤਾ ਇੱਕ ਕੀੜੀ ਹਾਥੀ ਨੂੰ ਮਾਰ ਸਕਦੀ ਹੈ ਜੇ ਵਾਹਿਗੁਰੂ ਦੀ ਕਿਰਪਾ ਹੋਵੇ ਕੀੜੀ ਹਾਥੀ ਨੂੰ ਜਿੱਤ ਲੈਂਦੀ ਹੈ ਔਰ ਇਹਦੇ ਪ੍ਰਸੰਗ ਨਾ ਕੀੜਿਆਂ ਦੇ ਹਾਥੀ ਨੂੰ ਜਿੱਤਣ ਦੇ ਪਰ ਕੀੜਿਆਂ ਦੀ ਨਿਆਈ ਗਰੀਬ ਬੰਦਾ ਹਾਥੀ ਦੀ ਨਿਆਈ ਅਮੀਰ ਨੂੰ ਆਪਣੀ ਨਿਮਰਤਾ ਨਾਲ ਭਗਤੀ ਦੀ ਸ਼ਕਤੀ ਨਾਲ ਜਿੱਤ ਲੈਂਦਾ ਹੈ ਜਿਵੇਂ ਬੜੇ ਬੜੇ ਬਾਦਸ਼ਾਹ ਨੂੰ ਨਾਮਦੇਵ ਵਰਗੇ ਨੇ ਕਬੀਰ ਵਰਗੇ ਨੇ ਜਿੱਤਿਆ ਕੀਟ ਹਸਤੀ ਜੀਤਾ ਕੀੜੇ ਦੀ ਨਿਆਈ ਭਾਈ ਬਚਿੱਤਰ ਸਿੰਘ ਸੀ ਹਾਥੀ ਚੜ ਕੇ ਆਇਆ ਸ਼ਰਾਬੀ ਹਾਥੀ ਜਿੱਤ ਲਿਆ ਮਾਰੀ ਪਰਸੀ ਉਹਦੇ ਤਵਿਆਂ ਦੇ ਪਿਛਲੀ ਨਿਕਲੀ ਸਾਡੇ ਉਹ ਹੁਣ ਤੱਕ ਪਈ ਹੈ ਸ਼ਾਮ ਤੇ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪ ਨੂੰ ਤਿਸ ਅਪੈਰਦਾਨ ਦਿੱਤਾ
ਜਿਹਨਾਂ ਜਿਹਨਾਂ ਨੇ ਭਗਤੀ ਕੀਤੀ ਆ ਉਹਨਾਂ ਨੂੰ ਨਿਰਭੈਤਾ ਦਾ ਦਾਨ ਦੇ ਦਿੱਤਾ ਰੱਬ ਨੇ, ਜੋ ਜੋ ਚੀਜ਼ ਨੂੰ ਆਪਣੇ ਤੇ ਅਭੇ ਦਾਨ ਸਿੱਧ ਵਧਾਈ ਹੋਏਗਾ ਜੋ ਨਾਮ ਦੀ ਬਰਕਤ ਕਹਿੰਦੇ ਸਿੰਘ ਸ਼ੇਰ ਜਿਹੜਾ ਬਿੱਲੀ ਬਣ ਜਾਂਦਾ ਬਿੱਲੀ ਬਿੱਲੀ ਦੀ ਤਰ੍ਹਾਂ ਕਿਵੇਂ ਯੂਪੀ ਦੇ ਵਿੱਚ ਦਿਓ ਨਗਰ ਹੈ ਬਾਬਾ ਵਿਧੀ ਚੰਦ ਸਾਹਿਬ ਨੂੰ ਮਹਾਰਾਜ ਨੇ ਉਹਨਾਂ ਦੀਆਂ ਸੰਗਤਾਂ ਨੂੰ ਹੁਕਮਨਾਮਾ ਲਿਖ ਭੇਜਿਆ ਵੀ ਵਿਧੀ ਚੰਦ ਮੇਰੇ ਰੂਪ ਹੈ ਜਾਂ ਉੱਥੇ ਬਾਈ ਸੰਗਤਾਂ ਨੂੰ ਉਪਦੇਸ਼ ਦੇ ਉੱਥੇ ਰਹਿੰਦਾ ਸੀ ਸੁੰਦਰ ਦਾਸ ਸੁੰਦਰ ਸ਼ਾਹ ਕਹਿੰਦੇ ਸੀ ਉਹਨੂੰ ਪਤਾ ਲੱਗਿਆ ਵੀ ਭਾਈ ਵੀ ਜੀ ਦਰਖਤ ਹੇਠਾਂ ਬੈਠਾ ਹੈ ਉਹਨੂੰ ਇਹ ਹੋ ਗਈ ਜਿਸ ਵੀ ਇਹਨੂੰ ਲੋਕ ਨਾ ਮੰਨਣ ਲੱਗ ਜਾਣ ਕਿਤੇ ਮੇਰੀ ਮਾਨਤਾ ਨਾ ਕੱਟ ਜਾਏ ਹਜੇ ਵੀ ਹੁਣ ਤਾਂ ਅਸੀਂ ਉਹਦੇ ਚ ਜੰਗਲ ਤੋਂ ਸ਼ੇਰ ਫੜ ਕੇ ਸ਼ੇਰ ਤੇ ਸ਼ੇਰ ਦੇ ਉੱਤੇ ਬੈਠ ਕੇ ਆਉਣ ਲੱਗਿਆ ਵੀ ਡਰਦਾ ਵਾਲਾ ਨੱਠ ਜੂਗਾ ਇੱਥੋਂ ਵੀ ਸ਼ੇਰ ਆ ਗਿਆ ਬੇਦੀ ਚੰਦ ਹੱਸ ਪਿਆ ਕਹਿੰਦਾ ਦੇਖੋ ਸਾਧ ਦਾ ਦਿਮਾਗ ਖਰਾਬ ਹੋ ਜਾਇਆ ਇਹ ਮੈਂ ਇਹ ਨੀ ਪਤਾ ਮੈਂ ਛੇਵੇਂ ਪਾਤਸ਼ਾਹ ਤਰਨ ਭੰਜਨ ਗੁਰੂ ਸੂਰਮੇ ਦਾ ਸਿੱਖ ਹਾਂ ਕਹਿੰਦੇ ਇਹ ਕੱਟ ਦੇਣਗੇ ਜਦ ਆਇਆ ਜਿਹੜੇ ਬੇਦੀ ਚੰਦ ਰਿਹਾ ਇੱਕ ਵਾਰੀ ਸ਼ੇਰ ਦੀਆਂ ਅੱਖਾਂ 'ਚ ਅੱਖਾਂ ਪਾਈਆਂ ਰੁਕਦੇ ਸੀ ਉਸ ਵੇਲੇ ਪੱਥਰ ਬਣ ਗਿਆ ਸ਼ੇਰ ਨੇ ਪੂਛ ਹੇਠਾਂ ਸਿੱਟ ਗਈ ਬਸ ਐ ਖੜਾ ਨਾ ਅੱਗੇ ਨੂੰ ਨਾ ਪਿੱਛੇ ਨੂੰ ਜਿਵੇਂ ਕੰਧ ਦੇ ਉੱਤੇ ਬੈਠਾ ਹੁੰਦਾ ਸਾਧ ਉਹਦੇ 'ਤੇ ਬੈਠਾ ਉੱਤਰ ਗਿਆ ਤੇ ਸ਼ੇਰ ਹਿੱਲਦਾ ਹੀ ਨਹੀਂ ਹੈ ਹਲਾਲ ਰੁਕ ਕੇ ਦੇਖਿਆ ਐਵੇਂ ਜਿਵੇਂ ਇਹਦੇ ਸਵਾਸ 'ਚ ਨਿਕਲ ਗਏ ਹੁੰਦੇ ਕਹਿੰਦਾ ਮਹਾਂਪੁਰਸ਼ ਹੋ ਏਡੀਆਂ ਵੱਡੀਆਂ ਬਰਕਤਾਂ ਤੇ ਏਡੀ ਗਰੀਬੀ ਕਹਿੰਦੇ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਕਹਿੰਦੇ ਹੁਣ ਇਹਨੂੰ ਵਿਚਾਰੇ ਨਾ ਕਾਹਨੂੰ ਸਜ਼ਾ ਦੇਣੀ ਇਹ ਸਜ਼ਾ ਜੇ ਮੈਨੂੰ ਦੇ ਰਹੇ ਉਹਨੂੰ ਤਾਂ ਛੱਡ ਦਿਓ ਕਹਿੰਦੇ ਜਾ ਵੀ ਜੰਗਲ ਵਿੱਚ ਜਾ ਸਿੰਘ ਸ਼ੇਰ ਪਹੁੰਚ ਗਿਆ ਜੰਗਲ ਸਿੰਘ ਬੁਲਾਈ ਹੋਏ ਗਏ ਸੰਤ ਬਾਬਾ ਨਰੈਣ ਸਿੰਘ ਉਦਾਸੀ ਸੰਤ ਹੋਏ ਸ੍ਰੀ ਮਹੰਤ ਕੋਲ ਸ਼ਿਕਾਇਤ ਕਰ ਦਿੱਤੀ ਕਹਿੰਦੇ ਜੀ ਨਰਾਇਣ ਦਾਸ ਕੋਈ ਕੰਮ ਨਹੀਂ ਕਰਦਾ ਬਾਕੀ ਸਾਰੇ ਕੰਮ ਕਰਦੇ ਆ ਇੱਥੇ ਕਿਹੜਾ ਕੰਮ ਕੋਈ ਇੱਕ ਦੂਜੇ ਦੇ ਨੌਕਰ ਲੱਗੇ ਪਏ ਆ ਇਹਦਾ ਡੱਬਾ ਵੀ ਤੋੜੋ ਤਾਂ ਸਾਰਾ ਦਿਨ ਬੈਠੇ ਰਹਿੰਦੇ ਮੰਤ ਬਣਿਆ ਇਹ ਸਾਡੇ ਵਰਗੀ ਹੈ ਸ੍ਰੀ ਮਹੰਤ ਜੀ ਕਹਿੰਦੇ ਭਾਈ ਨਰਾਇਣ ਦਾਸ ਤੇਰੀ ਸ਼ਿਕਾਇਤ ਆਈ ਹੈ ਕਹਿੰਦਾ ਗੁਰੂ ਜੀ ਹੁਕਮ ਕਰੋ ਕੀ ਕਰਾਂ ਦੱਸੋ ਭਾਈ ਕੀ ਕਰਾਂ ਕਹਿੰਦੇ ਜੀ ਲੱਕੜਾ ਲੈ ਕੇ ਆਇਆ ਕਰੇ ਕਹਿੰਦੇ ਜੀ ਇੱਕ ਲੰਗੋਟੀ ਰੱਖਦਾ ਕੋਈ ਕੱਪੜਾ ਨਹੀਂ ਚੜਾਉਣਾ ਸੀ ਸਿਰ ਤੇ ਬਾਕੀ ਕੋਈ ਮਸਲਾ ਨਹੀਂ ਸੀ ਆਹ ਬੈਲ ਗੱਡੀ ਖੜੀ ਹੈ ਕਿਤੇ ਤੇ ਲੱਗਣਾ ਦੂਸਰਾ ਲੱਗਦਾ ਸੀ ਸੰਤ ਹੁਣ ਤੂੰ ਲਿਆ ਕਰ ਕਹਿੰਦੇ ਠੀਕ ਹੈ ਬੈਲ ਗੱਡੀ ਲੈ ਕੇ ਚਲਿਆ ਗਿਆ ਬੈਲ ਬਣਦਾ ਦਰਖਤ ਨੂੰ ਕਹਿੰਦਾ ਹੁਣ ਕਿਹੜਾ ਰੰਗ ਲੀਕਰੀ ਲੱਕੜੀ ਚੱਕੇ ਹੋਰ ਕਰੇ ਮੈਂ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਕੇ ਹਰ ਵਕਤ ਮੂਲ ਮੰਤਰ ਪੜ੍ਹਨੇ ਵਾਲਾ ਗੁਰਭਾਈਆਂ ਨੇ ਮੈਨੂੰ ਟਾਂਡਾ ਜੋੜਤਾ ਕਹਿੰਦਾ ਵੀ ਆਪਾਂ ਨੂੰ ਤਾਂ ਕੰਮ ਹੀ ਹੋਣਾ ਹੀ ਹੈ ਬੈਲ ਬੰਨੇ ਹੁਣ ਚੁੱਪ ਕਰਕੇ ਗੁਰੂ ਨਾਨਕ ਦੇ ਧਰਨਾਂ ਦਾ ਚਰਨਾਂ ਦਾ ਧਿਆਨ ਕਰਿਆ ਬੈਠਾ ਰਿਹਾ ਪੂਰਾ ਸਮਾਧੀ ਚ ਆਨੰਦ ਮਾਣਿਆ ਜਿਵੇਂ ਸਮਾਧੀ ਉਹਦੀ ਹੁਣ ਗੱਡਾ ਖਾਦ ਲਿਆ ਕਿਤੇ ਜਾ ਨਹੀਂ ਸਕਦਾ ਸੰਕਲਪ ਕੀਤਾ ਹੈ ਕਿ ਹੇ ਗੁਰੂ ਨਾਨਕ ਮੇਰਾ ਗੱਡਾ ਲੱਕੜੀਆਂ ਨਾਲ ਭਰ ਜਾਏ ਸੁੱਕੀਆਂ ਲੱਕੜਾਂ ਹੋਣ ਗਿੱਲੀਆਂ ਨਾ ਹੋਣ ਨਹੀਂ ਮੇਰੇ ਗੁਰੂ ਭਾਈ ਕਹਿਣਗੇ ਵੀ ਕੀ ਲੈ ਗਿਆ ਸੁੱਕੀਆਂ ਲੱਕੜਾਂ ਟੁੱਟ ਟੁੱਟ ਕੇ ਉਹਦੇ ਗੱਡੇ 'ਚ ਪਈਆਂ ਆਪਣੇ ਆਪ ਕਿਵੇਂ ਪਈਆਂ ਗੁਰੂ ਨਾਨਕ ਦੀ ਮਿਹਰ ਹੋ ਗਈ ਤੇ ਉਹ ਬਹੁਤ ਆਨੰਦ ਦੇ ਵਿੱਚ ਹੋ ਗਿਆ ਜਦੋਂ ਗੱਡਾ ਲੱਕੜੀਆਂ ਦਾ ਭਰ ਗਿਆ ਮੁੜ ਕੇ ਬੇਸਮਾਨੀ ਲੱਗ ਗਈ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹਨੇ ਨੂੰ ਕਿ ਸ਼ੇਰ ਨਿਕਲਿਆ ਉਹ ਸ਼ੇਰ ਪੈ ਗਿਆ ਬਲਦ ਨੂੰ ਬਲਦ ਨੇ ਦੇਖਿਆ ਵੀ ਮੇਰਾ ਤਾਂ ਵਾਲਾ ਸਮਾਧੀ ਨਹੀਂ ਬੈਠਾ ਹੈ ਸ਼ੇਰ ਨੇ ਮੇਰੀ ਸਮਾਧੀ ਲਾ ਲੈਣੀ ਹੈ ਔਰ ਮਾੜੀ ਟੁੰਡੀ ਤੁੜਾ ਕੇ ਉਹ ਪਿਆ ਸ਼ੇਰ ਭੱਜ ਗਿਆ ਬਲਦ ਨੂੰ ਸ਼ੇਰ ਜੇ ਮਗਰ ਭੱਜਣ ਲੱਗਿਆ ਸੀ ਸਮਾਧੀ ਫੁਰਕੀ ਖੜਕਾ ਹੋਏ ਤੇ ਕਹਿੰਦਾ ਖੜ ਹੋਏ ਠਹਿਰ ਜੀ ਸ਼ੇਰ ਖੜ ਗਿਆ ਜਾ ਕੇ ਕੰਨ ਤੋਂ ਮੁੜ ਲਿਆ ਕਹਿੰਦੇ ਮੇਰਾ ਬਲਦ ਭਜਾ ਤਾਂ ਗੱਡਾ ਤੇਰਾ ਬਾਪ ਲੈ ਕੇ ਜਾਓ ਚੱਲ ਉੱਥੇ ਕਹਿੰਦੇ ਤੈਨੂੰ ਜੋੜੂ ਸਾਸ ਵੀ ਗੱਡੇ ਨੂੰ ਬਲਦ ਤਾਂ ਭੱਜ ਗਿਆ ਉਹਨੂੰ ਜੋਤਾਂ ਕੱਸ ਕੇ ਆਲੇ ਦੁਆਲੇ ਨਰਾਇਣ ਦਾਸ ਜੀ ਗੱਡੇ ਦੇ ਵਿੱਚ ਆਵੇ ਤੇ ਸ਼ੇਰ ਸ਼ੇਰ ਨੂੰ ਅੱਗੇ ਆਵੇ ਚੱਲੇ ਸ਼ੇਰ ਤੁਰ ਕੇ ਤੁਰ ਪਿਆ ਸਿੰਘ ਬੁਲਾਈ ਹੋਏ ਗਏ ਜਦ ਦੇਖਿਆ ਸਾਧਾ ਨੇ ਵੀ ਸ਼ੇਰ ਆ ਰਿਹਾ ਅੱਧਾ ਡੇਰਾ ਖਾਲੀ ਹੋ ਗਿਆ ਉਹ ਭੱਜ ਗਿਆ ਕੋਈ ਗੋਟੀ ਵਾਲਾ ਕੋਈ ਇੱਧਰ ਨੂੰ ਬਣ ਗਿਆ ਸਵਾਹ ਬਣੀ ਗਿਆ ਸਵਾਹ ਝੜਦੀ ਜਾਂਦੀ ਹੈ ਸਾਧਾ ਨੂੰ ਪੈ ਗਿਆ ਤੂਫਾਨ ਉਹ ਕਹਿੰਦੇ ਕੀ ਹੋ ਗਿਆ ਕੀ ਹੋ ਗਿਆ ਕਹਿੰਦੇ ਜੀ ਨਰਾਇਣ ਦਾਸ ਸ਼ੇਰ ਫੜ ਲਿਆ ਕਹਿੰਦੇ ਗੱਲ ਲੱਗਣੀਆਂ ਨਰਾਇਣ ਦਾਸ ਦੀਆਂ ਰੋਜ਼ ਸ਼ਿਕਾਇਤ ਕਰੀ ਜਾਂਦੇ ਸੀ ਕਹਿੰਦੇ ਨਰਾਇਣ ਦਾਸ ਹਾਂ ਮਹਾਰਾਜ ਗੁਰੂ ਜੀ ਕਹਿੰਦੇ ਬਸ ਤੇਰੀ ਤੇਰੀ ਸੇਵਾ ਮਜ਼ੂਰ ਹੋ ਗਈ ਇਹਨੂੰ ਭਗਤ ਨੂੰ ਛੱਡ ਦੇ ਬਸ ਠੀਕ ਹੈ ਉਹਨੇ ਸ਼ੇਰ ਛੱਡਿਆ ਕਹਿੰਦੇ ਅੱਜ ਤੋਂ ਬਾਅਦ ਤੈਂ ਕੋਈ ਕੰਮ ਨਹੀਂ ਕਰਨਾ ਗੁਰੂ ਨਾਨਕ ਦਾ ਨਾਮ ਨਹੀਂ ਲੈਣਾ ਬਸ ਸੇਵਾ ਆਪੇ ਕਰ ਉਹ ਕਹਿਣ ਜੀ
ਅੱਜ ਇੱਕ ਸ਼ੇਰ ਤੋਂ ਵਿਚਾਰੋ ਕੰਮ ਇਹ ਅਸੀਂ ਕਰ ਲਿਆ ਕਰੀਏ, ਨਾਰਾਇਣ ਦਾ ਕੋਈ ਕੰਮ ਨਾ ਕਰਿਆ। ਉਹ ਕਹਿੰਦੇ ਵੀ ਆਹੀ ਕੰਮ ਕਰਨਾ, ਜੰਗਲ ਚ ਵੀ ਆਹ ਕਰਨਾ। ਸਿੰਘ ਬਿਲਾਈ ਹੋਏ ਗਏ ਤੇ ਰੰਡੇਰ ਦੇ ਚਿੱਤ। ਨਾਰਾਇਣ ਦਾਸ ਇੱਕ ਮਹਾਤਮਾ ਡਟਾਣ ਵਾਲੇ ਸਨ। ਨਾਰਾਇਣ ਦਾਸ, ਮੈਂ ਆਪ ਦਰਸ਼ਨ ਕੀਤੇ 1971 ਵਿੱਚ, ਉਹ ਮਹਾਤਮਾ ਦੇ ਉੱਥੇ ਚਸ਼ਮੇ ਤੇ ਪਾਣੀ ਪੀਣ ਵਾਸਤੇ ਗਾਂ ਆ ਗਈ। ਜਦੋਂ ਸ਼ੇਰ ਆ ਗਿਆ ਉਹਨੇ ਗਾਂ ਮਾਰ ਲਈ, ਕਹਿੰਦੇ ਮਹਾਰਾਜ ਜੀ ਵੀ ਗਾਂ ਸਿੱਟਲੀ ਸ਼ੇਰ। 6 ਫੁੱਟ ਦਾ ਕਦ ਸਨ, ਕਹਿੰਦਾ ਬਾਬੇ ਸ੍ਰੀ ਚੰਦ ਵਰਗਾ ਕਦ ਸੀ ਮੇਰੇ, ਅੱਜ ਵੀ ਯਾਦ ਆ, ਬੜੀ ਦਰਸ਼ਨ ਉਹਨਾਂ ਦੇ ਖੁੱਲੇ ਕੀਤੇ ਮੈਂ, ਤੇ ਭਾਵੇਂ ਬਚਪਨ ਸੀ। ਚੱਕ ਕੇ ਖੁੰਡਾ, ਜਿਵੇਂ ਕੁੱਤੇ ਨੂੰ ਮੋੜਨ ਵਾਸਤੇ ਚਲੀਏ ਖੁੰਡਾ ਚੱਕ ਕੇ, ਖੁੰਡਾ ਕੋਲ ਹੈ, ਅਰੇ ਨਾਰਾਇਣ ਸ਼ਬਦ, ਅਰੇ ਨਾਰਾਇਣ ਸ਼ੇਰ ਨੇ ਉੱਚੀ ਗਾਂ ਛੱਡ ਕੇ ਐਂ ਸੰਤਾਂ ਮੇਰੀ ਝਾਕਣ ਲੱਗ ਗਿਆ। ਕਹਿੰਦੇ ਯੇ ਕਿਆ ਕਰ ਲਿਆ ਆਪਨੇ, ਯੇ ਤੋ ਪਾਣੀ ਕਾ ਚਸ਼ਮਾ ਥਾ, ਮਹਾਤਮਾ ਪਾਣੀ ਪੀ ਗਏ, ਯੇ ਤੋ ਗੋ ਹੱਤਿਆ ਕਰ ਲਿਆ ਆਪਨੇ, ਛੱਡ ਕੇ ਤੁਰ ਪਏ, ਕੰਨ ਸਿੱਟ ਲਏ, ਖੂਨ ਸਿੱਟ ਲਈ, ਸੰਤਾਂ ਤੋਂ ਡਰਦਾ ਵਾਲਾ ਤੁਰ ਪਿਆ। ਐਡਾ ਤਪੱਸਿਆ ਦਾ ਬਲ ਸੀ ਉਹਦੇ ਵਿੱਚ। ਮੈਂ ਕਈ ਵਾਰ ਦਰਸ਼ਨ ਕੀਤੇ ਉਹਨਾਂ ਦੇ ਨੇੜੇ, ਉਹਨੇ ਦਰਸ਼ਨ ਕਰੇ ਤੇ ਮਹਾਤਮਾ ਉਹਨਾਂ ਦਾ ਸ਼ੀਸ਼ ਆ ਕੇ ਕਹਿੰਦਾ ਮਾਰੇ ਗੋ ਤਾਂ ਮਰੀ ਹੈ, ਮਰੀ ਨੂੰ ਕਿਸੇ ਰਾਹ ਨਹੀਂ ਚੱਕਣੀ ਉਹਨੇ ਤੋਂ, ਇਹਦੇ ਚਸ਼ਮੇ ਤੇ ਪਾਣੀ ਪੁੱਟ ਗਏ, ਬਹੁਤ ਉਹ ਤਾਂ ਉਦੋਂ ਵੀ ਹੱਥ ਹੋ ਗਿਆ। ਕਹਿੰਦੇ ਫਿਰ ਕਿਆ ਕਰੇ, ਕਹਿੰਦੇ ਜੀ ਇਹਦੇ ਨਾਲ ਤਾਂ ਸ਼ੇਰ ਲਈ ਜਾਂਦਾ ਇੱਥੋਂ। ਅੱਛਾ ਬਾਈ ਬੋਲ ਦਿੰਦੇ ਆ, ਅਰੇ ਨਾਰਾਇਣ ਸ਼ੇਰ ਪਿੱਛੇ ਮੁੜ ਕੇ ਦੇਖਿਆ, ਉਠਾ ਲੈ ਜਾ ਇਸਕੋ, ਆਪਣਾ ਖਾਣਾ ਉਠਾ ਲੈ ਜਾ। ਸ਼ੇਰ ਆਇਆ ਨਾ ਲੈ ਕੇ ਪਹਾੜੀ ਜਾ ਵੜਿਆ। ਹੁਣ ਤੁਸੀਂ ਦੱਸੋ ਵੀ ਬੰਦਿਆਂ ਦੇ ਕੰਮ ਹੈਗੇ, ਮਹਿਮਾਨ ਸਾਧੂ ਸਨ ਕੀ ਸੁਣਾਉਣ ਦੇ ਰਹੇ। ਸਿੰਘ ਬਲਾਈ ਹੋਏ ਗਏ ਤਿਰਣ ਮੇਰ ਕੀਤਾ, ਇੱਕ ਘਾਹ ਦੀ ਤਰ੍ਹਾਂ ਨਕੰਮਾ ਬੰਦਾ ਜਿਹੜਾ ਪਰਬ ਦੀ ਤਾਈ ਬਣ ਸਕਦਾ, ਉਹ ਦੇਖ ਸਕਦਾ ਜਿਹੜਾ ਭਗਤੀ ਕਰਨ ਵਾਲੇ ਜੇ ਮਹਾਂਪੁਰਸ਼ ਦੀ ਕਿਰਪਾ ਹੋ ਜਾਏ। ਤਿਰਣ ਮੇਰ ਕੀਤਾ, ਇਹ ਮਹਾਂਪੁਰਸ਼ਾਂ ਦੀ ਐਸੀ ਐਸੀਆਂ ਹੁਕਮਾਂ ਜਿਹੜੀਆਂ ਹਨ, ਐਸੀ ਭਗਤ ਗੋਬਿੰਦ ਕੀ ਗੀਤਾ ਸੀ, ਜਗਜੀਤਾ ਜੋ ਜੋ ਕੀ ਨੂੰ ਆਪਣੇ ਜਿਹਨਾਂ ਆਪਣਾ ਬਣਾਇਆ ਤੇ ਅਭੈ ਦਾਨ ਦਿੱਤਾ। ਸਿੰਘ ਬਲਾਈ ਹੋ ਗਏ ਤੇ ਮੇਰ ਦੀ ਗੀਤਾ, ਮੈਂ ਕੋਈ ਕੋਟਾ ਦੇ ਨਿਰਮਲ ਪੇ ਕੀਤਾ। ਐਸੀਆਂ ਬੜੀਆਂ ਜਿਹੜੀਆਂ ਇਹ ਮਹਾਂਪੁਰਸ਼ਾਂ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੁੰਦੀਆਂ, ਭਾਈ ਕਰ ਕਿਰਪਾ ਮੇਰੇ ਨਾਮ ਦਿਓ। ਇਹ ਪਰਮੇਸ਼ਵਰ ਜੀ ਸਾਨੂੰ ਵੀ ਨਾਮ ਦਿਓ, ਜਿਹੜੇ ਨਾਮ ਜਪ ਕੇ ਸੰਤਾਂ ਚ ਵਰਤਾ ਹੋ ਗਈ। ਨਾਨਕ ਦਰ ਸਰੀਤਾ, ਮੈਂ ਤੇਰੇ ਦਰ ਦਾ ਸਰੀਤਾ ਕੀ ਹੈ ਗੁਰਦਾ ਹਾਂ। ਦਰ ਸਰੀਤਾ, ਮੈਂ ਤੇਰੇ ਦਰਸ਼ਨ ਤੋਂ ਰੀਤਾ ਕੀ ਹੈ ਖਾਲੀ ਹੈ, ਸੰਸਕ੍ਰਿਤ ਖਾਲੀ ਨੂੰ ਕਹਿੰਦੇ। ਮੈਂ ਜੇ ਤੇਰੇ ਦਰਸ਼ਨ ਤੋਂ ਵਾਧਾ ਬੈਠਾ, ਕਿਰਪਾ ਕਰਕੇ ਮੈਨੂੰ ਦਰਸ਼ਨ ਦਿਓ। ਪਰ ਪਾਠ ਵੇਖਣਾ ਜਿਹੜਾ ਹੈ ਦਰ ਸਰੀਤਾ, ਤੂੰ ਸਵਾਣੀ ਹੈ ਕਿ ਸਰੀਤਾ, ਗੋਲੇ ਦਾ ਵਾਚਕ ਸ਼ਬਦ ਹੈ। ਇਹ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਦਾ ਬਾਅਦ ਅਰਥ ਹੋਇਆ ਤੇ ਕੱਲ ਨੂੰ ਇਹਦਾ ਅੰਤਰੀਮ ਅਰਥ ਦੇ ਨਾਲ ਮਹਾਤਮਾ ਦੇ ਇਸ ਪ੍ਰਕਰਨ ਨੂੰ ਆਪਾਂ ਐਤਕੀ ਵਾਰ ਪਰਸੀਆਂ ਦੇ ਸੰਬੰਧ ਵਿੱਚ, ਜਿਹੜਾ ਮਹਾਂਪੁਰਖਾਂ ਦੇ ਸੰਬੰਧ ਵਿੱਚ ਜੋ ਗੁਰਬਾਣੀ ਦੁਆਰਾ ਜਮ੍ਹਾਂ ਹੋ ਰਹੀ ਹੈ, ਕੱਲ ਨੂੰ ਸਮਾਪਤੀ ਉਹਨਾਂ ਦੀ ਆਓ ਇੱਥੇ ਹੁਣ ਸਮਾਪਤੀ ਹੈ। ਵਾਹਿਗੁਰੂ ਸਾਹਿਬ ਸਿੰਘ ਜੀ ਇਹ ਹੁਣ ਸਹਿਤ ਪਾਠ ਸਰਵਣ ਕਰਾਉਣਗੇ। ਸਾਰੇ ਗੁਰੂ ਸਿੱਖਾਂ ਦਾ ਭਾਈ ਦੂਰ ਦੂਰ ਤੋਂ ਆਇਆ, ਪ੍ਰੇਮ ਸਨੇਹ ਕਰਕੇ ਦਿੰਦੇ, ਥੁੱਕੇ ਟੁੱਟੇ ਵੀ ਹਨ, ਤਾਂ ਫਿਰ ਵੀ ਤੁਸੀਂ ਪਹੁੰਚੇ ਹੋ, ਬਹੁਤ ਧੰਨਵਾਦ। ਤੇ ਵੈਸੇ ਤਾਂ ਮੈਂ ਵੀ ਚੁੱਕਿਆ ਹੋਇਆ, ਕਿਉਂਕਿ 4 ਘਰਾਂ ਦੇ ਵਿੱਚ ਜਾ ਕੇ ਦੋ ਥਾਂ ਤੇ ਕਥਾ, 6 ਥਾਂ ਹੋ ਗਏ, ਇਹ ਇਸ ਕਰਕੇ ਪਹਿਲਾਂ ਤਾਂ ਮੈਂ ਵੀ ਨਹੀਂ ਹੈ ਜਿੱਥੇ ਵੀ ਆ, ਪਰ ਫਿਰ ਵੀ ਇਹ ਗੁਰੂ ਕਿਰਪਾ ਕਰੇ ਆਪਣੇ ਸਾਰਿਆਂ ਦੇ ਉੱਤੇ ਰਲ ਮਿਲ ਕੇ ਆਪਣੇ ਜਸ ਗੁਰੂ ਦਾ ਕਰਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।